ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਨ ਹੈ ਪਰਤਖ ਗੁਰੂ ਨਿਸਤਾਰੇ ਸਤ ਗੁਰ ਬਾਣੀ ਪੁਰਖ ਪੁਰਖੋ ਤਮੋ ਬਾਣੀ ਸਿਓ ਚਿਤ ਲਾਵੇ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੇ ਗੋ ਧਨੋ ਵਾਹਿਗੁਰੂ ਜੀਓ ਗੋਂਡ ਗ੍ਰਹੀ ਸੁਭਾ ਜਾ ਕੈ ਰੀ ਨਾਹੀ ਆਵਤ ਪਹੀਆ ਖੂਦੇ ਜਾਹੀ ਵਾ ਕੈ ਅੰਤਰ ਨਹੀਂ ਸੰਤੋਖ ਬਿਨ ਸੋਹਗਨ ਲਗ ਦੁਖ ਤਨੋ ਸੁਹਗਨ ਮਹਾਂਪਵੀਤ ਤਪੇ ਤਪੀ ਸਰ ਡੋਲੇ ਚੀਤ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕੈ ਠਾਡੀ ਦਰਬਾਰ ਸ਼ਰਨ ਤੇਰੀ ਮੁਕੋ ਨਿਸਤਾਰ ਸੋਹਾਗਨ ਹੈ ਅਤ ਸੁੰਦਰੀ ਪਾਗ ਨਿਵਰ ਸ਼ਨਕ ਸ਼ਨਹਰੀ ਜੋ ਲਗ ਪ੍ਰਾਨ ਤਉ ਲਗ ਸੰਗੇ ਨਾਹਤਾ ਚੱਲੀ ਬੇਗ ਉਠ ਨੰਗੇ ਸੋਹਾਗਨ ਭਵਨ ਤਰਹ ਲਿਆ ਤਾਂ ਸੇ ਅਠ ਪੁਰਾਣ ਤੀਰਥ ਰਸ ਕੀਆ ਬ੍ਰਹਮ ਵਿਸ਼ਨੋ ਮਹੇਸ਼ੁਰ ਬਿਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੋਹਾਗਨ ਉਰਵਾਰ ਨਾ ਪਾਰ ਪੰਜ ਨਾਰਦ ਕੈ ਸੰਗ ਵਿਦਵਾਰ पांच नारद के मिटवे फूटे कहो कबीर गुर कृपा छूटे वाहे गुरु जी का खालसा वाहे गुरु जी की फतेह गरीब नवाज सच्चे बादशाह ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਅਕਾਲ ਪੁਰਖ ਜੀ ਨੇ અપਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਦਾ ਉੱਤਮ ਸਮਾਂ ਆਪਾਂ ਸਭਨਾਂ ਨੂੰ ਬਖਸ਼ਿਸ਼ ਰੂਪ ਵਿੱਚ ਪ੍ਰਦਾਨ ਕੀਤਾ ਹੈ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਕੀਰਤਨ ਦੇ ਰਾਹੀ ਗੁਰੂ ਉਪਦੇਸ਼ ਨਾਲ ਸਾਝ ਬਣਾ ਕੇ ਆਪਜੀ ਆਪਣੇ ਜੀਵਨ ਦੀਆਂ ਇਹਨਾਂ ਕੜੀਆਂ ਨੂੰ ਸਫਲੀਆਂ ਤੇ ਸਾਰਥਕ ਕਰਨ ਦਾ ਯਤਨ ਕਰ ਰਹੇ ਹੋ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਰੋਜ਼ਾਨਾ ਇਹਨਾਂ ਦੀਵਾਨਾਂ ਦੇ ਅੰਦਰ ਆਪਾਂ ਯਤਨ ਕਰਦੇ ਹਾਂ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਲੜੀਵਾਰ ਤੇਨਾਂ ਦੇ ਉਪਦੇਸ਼ ਨੂੰ ਵਿਚਾਰਨ ਦਾ ਸਵੇਰੇ ਲੜੀ ਤੈਤ ਆਪ ਜੀ ਨੇ ਰਾਗ ਗੋਂਡ ਵਿੱਚੋਂ ਭਗਤ ਜੀ ਮਹਾਰਾਜ ਦਾ ਮੁਬਾਰਕ ਸ਼ਬਦ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 872 ਉੱਪਰ ਇਹ ਪਾਵਨ ਸ਼ਬਦ ਸੁਭਾਈਮਾਨ ਹੈ ਇਸ ਤੋਂ ਪਹਿਲਾ ਸ਼ਬਦ ਆਪਾਂ ਕੱਲ ਦੇ ਦੀਵਾਨ ਵਿੱਚ ਸਾਂਝਿਆ ਕੀਤਾ ਹੈ ਜਿਸ ਵਿੱਚ ਭਗਤ ਜੀ ਮਹਾਰਾਜ ਨੇ ਸ਼ਬਦ ਸੁਹਾਗਣ ਦੀ ਵਰਤੋਂ ਕੀਤੀ ਅਤੇ ਇੱਕ ਖਾਸ ਵਿਸ਼ੇ ਦੇ ਉੱਤੇ ਸਾਰੇ ਸ਼ਬਦ ਦੀ ਰਚਨਾ ਕੀਤੀ ਉਹਨਾਂ ਨੇ ਸੁਹਾਗਣ ਸ਼ਬਦ ਮਾਇਆ ਵਾਸਤੇ ਵਰਤਿਆ ਔਰ ਆਪਾਂ ਸਮਝਣ ਦਾ ਯਤਨ ਕੀਤਾ ਕਿ ਮਾਇਆ ਨੂੰ ਭਗਤ ਕਬੀਰ ਜੀ ਮਹਾਰਾਜ ਕਿਸ ਭਾਵ ਕਿਸ ਕੰਟੈਕਸਟ ਕਿਸ ਸੰਦਰਭ ਜਾਂ ਕਿਸ ਅਰਥ ਵਿੱਚ ਬਿਆਨ ਕਰਦੇ ਅਸੀਂ ਜਦੋਂ ਮਾਇਆ ਦੀ ਗੱਲ ਕਰਦੇ ਹਾਂ ਤਾਂ ਕੇਵਲ ਕਰੰਸੀ ਤੱਕ ਸੀਮਤ ਰਹਿੰਦੇ ਹਾਂ ਭਗਤ ਜੀ ਮਹਾਰਾਜ ਜਾਂ ਸਤਿਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਜਦੋਂ ਮਾਇਆ ਦਾ ਅਰਥ ਕਰਦੇ ਨੇ ਤਾਂ ਉਹਨਾਂ ਦੇ ਅਰਥਾਂ ਵਿੱਚ ਬੜੀ ਵਿਸ਼ਾਲਤਾ ਹੁੰਦੀ ਹੈ ਮਾਇਆ ਦਾ ਅਰਥ ਭਾਵ ਸਾਡੇ ਕਰਮ ਵਿੱਚ ਹੈ ਸਾਡਾ ਕਰਮ ਪ੍ਰਗਟ ਕਰਦਾ ਹੈ ਕਿ ਅਸੀਂ ਮਾਇਆ ਨੂੰ ਕਿਸ ਅਰਥ ਵਿੱਚ ਗ੍ਰਹਿਣ ਕਰਦੇ ਹਾਂ ਜਾਂ ਮਾਇਆ ਗਰਸੇ ਹਾਂ ਕਿ ਨਹੀਂ ਹਾਂ ਅ ਗਿਆਨ ਅ ਵਿਦਿਆ ਨੂੰ ਬਾਣੀ ਦੇ ਵਿੱਚ ਮਾਇਆ ਦਾ ਅਰਥ ਦਿੱਤਾ ਗਿਆ ਹੈ। ਔਰ ਇਸ ਤੋਂ ਇਲਾਵਾ ਜੋ ਅਸੀਂ ਪਦਾਰਥਕ ਵਸਤੂਆਂ ਹਨ, ਚੀਜ਼ਾਂ ਹਨ, ਪ੍ਰਭਤਾ ਹੈ, ਇਹ ਸਾਰਾ ਕੁਝ ਜੋ ਵੀ ਹੈ ਇਸ ਨੂੰ ਵੀ ਮਹਾਰਾਜ ਨੇ ਮਾਇਆ ਦੇ ਅਰਥਾਂ ਵਿੱਚ ਬਿਆਨ ਕੀਤਾ ਹੈ। ਤੋਂ ਸੰਦਰਭ ਦੇ ਮੁਤਾਬਕ ਉਸ ਦੇ ਅਰਥ ਬਦਲ ਜਾਂਦੇ ਹਨ। ਭਗਤ ਜੀ ਨੇ ਉਸ ਸ਼ਬਦ ਵਿੱਚ ਜ਼ਿਕਰ ਕੀਤਾ ਸੀ ਜਿਹੜਾ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰਿਆ ਹੈ। ਕਿ ਦੌਲਤ ਸ਼ੌਰਤ ਪਦਵੀ ਪਦਾਰਥ ਸੰਸਾਰ ਦੀਆਂ ਵਸਤੂਆਂ ਇਹ ਸਾਰੀਆਂ ਚੀਜ਼ਾਂ ਕਦੇ ਵੀ ਮਾਲਕ ਤੋਂ ਬਿਨਾ ਨਹੀਂ ਹੁੰਦੀਆਂ ਹਰ ਕੋਈ ਇਹਨਾਂ ਦਾ ਮਾਲਕ ਬਣਨ ਦਾ ਚਾਹਵਾਨ ਹੈ ਵਾਰਸ ਬਣਨ ਦਾ ਚਾਹਵਾਨ ਹੈ ਹਰ ਕੋਈ ਇਹਨਾਂ ਚੀਜ਼ਾਂ ਦਾ ਕੰਟਰੋਲ ਤੇ ਕਬਜ਼ਾ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਪ੍ਰਾਣੀ ਦੇ ਪ੍ਰਾਣ ਜਿਸ ਵੇਲੇ ਨਿਕਲ ਜਾਂਦੇ ਨੇ ਉਹਦੇ ਸਰੀਰ ਨੂੰ ਸੰਭਾਲਣ ਦਾ ਕੋਈ ਯਤਨ ਕਰੇ ਚਾਹੇ ਨਾ ਕਰੇ ਪਰ ਜੋ ਸਹੂਲਤਾਂ ਜੋ ਸਾਧਨ ਜੋ ਦੌਲਤ ਜੋ ਪਦਾਰਥ ਜੋ ਸ਼ੌਰਤੋਂ ਨੇ ਕਮਾਈ ਜਾਂ ਇਕੱਠੀ ਕੀਤੀ ਏ ਉਸ ਦੀ ਮਾਲਕੀ ਹਾਸਲ ਕਰਨ ਵਾਲੇ ਸਾਰੇ ਹੀ ਤਿਆਰ ਬਰ ਤਿਆਰ ਹੁੰਦੇ ਨੇ ਔਰ ਹਰ ਇੱਕ ਦੇ ਮਨ ਵਿੱਚ ਇਹ ਭਾਵ ਹੁੰਦਾ ਹੈ ਕਿ ਇਹਦਾ ਜੋ ਕੁਝ ਵੀ ਹੈ ਉਹ ਮੇਰੇ ਕੋਲ ਆ ਜਾਏ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਅਵਰ ਮਰਤ ਮਾਇਆ ਮਨ ਤੋਲੇ ਤਉ ਪਾ ਗ ਮੁਖ ਜਨਮ ਵਗੋਇਆ ਕਹਿੰਦੇ ਨੇ ਦੂਸਰਾ ਮਰਦਾ ਤੇ ਕਈਆਂ ਦੇ ਮਨ ਮਾਇਆ ਦੀ ਤੋਲ ਦੇ ਵਿੱਚ ਲੱਗ ਜਾਂਦੇ ਨੇ ਮਨ ਤੱਕੜੀ ਬਣ ਕੇ ਮਾਇਆ ਤੋਲਣ ਲੱਗ ਜਾਂਦਾ ਕਿੰਨਾ ਕੁ ਛੱਡ ਗਿਆ ਹੋਏਗਾ ਕਿਸ ਨੂੰ ਕਿੰਨਾ ਕਿੰਨਾ ਆਏਗਾ ਕੌਣ ਇਹਦਾ ਮਾਲਕ ਬਣੇਗਾ ਕਿਸ ਕੋਲ ਕੰਟਰੋਲ ਰਹੇਗਾ ਮੇਰੇ ਕੋਲ ਕਿੰਨਾ ਆਏਗਾ ਤੇ ਦੂਜੇ ਨੂੰ ਕਿੰਨਾ ਜਾਏਗਾ ਉਹ ਸਾਰੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਚੱਕਰ ਕੱਟਦੀਆਂ ਰਹਿੰਦੀਆਂ ਨੇ ਮਨੋ ਮਨ ਤੱਕੜੀ ਦਾ ਤੋਲ ਬਣ ਕੇ ਪਦਾਰਥਾਂ ਨੂੰ ਤੋਲਦਾ ਹੈ ਸਤਿਗੁਰੂ ਮਹਾਰਾਜ ਨੇ ਮਨੁੱਖ ਦੇ ਮਨ ਦੀ ਦਸ਼ਾ ਬਿਆਨ ਕੀਤੀ ਹੈ ਵੀ ਜਿੱਥੇ ਮਨ ਹਰ ਵੇਲੇ ਇਹ ਚੀਜ਼ਾਂ ਨੂੰ ਤੋਲਦਾ ਰਹਿੰਦਾ ਉਹਨਾਂ ਚੀਜ਼ਾਂ ਦੀ ਖਾਤਰ ਜੇ ਬੇਬਤ ਵੀ ਹੋਣਾ ਪਵੇ ਤੇ ਇਸ ਨੂੰ ਲੱਗਦਾ ਵੀ ਕੋਈ ਮਹਿੰਗਾ ਸੌਦਾ ਨਹੀਂ ਦੀਨ ਧਰਮ ਵੀ ਗਵਾਉਣਾ ਪਵੇ ਤੇ ਇਸ ਨੂੰ ਲੱਗਦਾ ਕੋਈ ਮਹਿੰਗਾ ਸੌਦਾ ਨਹੀਂ ਕਿਉਂਕਿ ਨਿਸ਼ਾਨਾ ਏਮ ਮਕਸਦ ਜਿਹੜਾ ਉਹ ਪਦਾਰਥਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਮਾਲਕੀ ਹਾਸਲ ਕਰਨਾ ਹੈ ਪਰ ਕਬੀਰ ਜੀ ਮਹਾਰਾਜ ਨੇ ਕਿਹਾ ਵੀ ਇਸ ਦਾ ਰਖਵਾਰੇ ਬਹੁਤ ਨੇ ਮਾਲਕਾਂ ਦੀ ਕਮੀ ਕੋਈ ਨਹੀਂ ਕਬਜ਼ਾ ਲੈਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਨੇ ਇਹ ਕਦੇ ਵੀ ਬਿਨ ਮਾਲਕੀ ਤੋਂ ਨਹੀਂ ਰਹਿੰਦੀ ਨਖਸ਼ਮੀ ਨਹੀਂ ਨਹੀਂਦੀ ਇਹ ਦੌਲਤ ਸਦਾ ਹੀ ਕੋਈ ਨਾ ਕੋਈ ਇਹਦਾ ਮਾਲਕ ਬਣਨ ਵਾਸਤੇ ਯਤਨ ਕਰਦਾ ਰਹਿੰਦਾ ਸੋ ਇਹ ਜਿਹੜਾ ਸ਼ਬਦ ਹੈ ਆਪਾਂ ਹੁਣ ਪੜਿਆ ਇਸ ਵਿੱਚ ਭਗਤ ਜੀ ਨੇ ਇੱਕ ਵੱਖਰੇ ਪੱਖ ਤੋਂ ਗੱਲ ਕੀਤੀ ਹੈ ਭਲੇ ਹੀ ਕੋਈ ਕਬੀਰ ਜੀ ਦੇ ਪਿਛਲੇ ਸ਼ਬਦ ਦੇ ਭਾਵ ਤੋਂ ਇਹ ਨਾ ਗ੍ਰਹਿਣ ਕਰ ਲੈ ਵੀ ਕਬੀਰ ਜੀ ਤਨ ਪਦਾਰਥ ਵਸਤੂ ਜਾਂ ਸਰੀਰਕ ਸੁਹੂਲਤ ਦੇ ਵਿਰੋਧੀ ਨੇ ਕੋਈ ਕਬੀਰ ਜੀ ਮਹਾਰਾਜ ਦੇ ਸ਼ਬਦ ਦੇ ਪ੍ਰਤੀ ਇਹ ਭਾਵ ਨਾ ਰੱਖੇ ਕਿ ਕਬੀਰ ਜੀ ਮਹਾਰਾਜ ਮਨੁੱਖ ਦੇ ਜੀਵਨ ਦੀਆਂ ਸੁਹੂਲਤਾਂ ਨੂੰ ਨਕਾਰਦੇ ਨੇ ਕਿ ਕੋਈ ਸੁਹੂਲਤ ਨਹੀਂ ਹੋਣੀ ਚਾਹੀਦੀ ਜਾ ਮਨੁੱਖ ਨੂੰ ਆਪਣਾ ਗੁਜਰਾਨ ਕਰਨ ਵਾਸਤੇ ਕਿਸੇ ਚੀਜ਼ ਦੀ ਲੋੜ ਨਹੀਂ ਜਾਂ ਫਿਰ ਜਿਵੇਂ ਜੋਗੀ ਜਾਂ ਸੰਿਆਸੀ ਹਰ ਇੱਕ ਚੀਜ਼ ਦਾ ਤਿਆਗ ਕਰਕੇ ਹਰ ਇੱਕ ਚੀਜ਼ ਨੂੰ ਛੱਡ ਕੇ ਦੌੜ ਜਾਂਦੇ ਨੇ ਵੀ ਕਬੀਰ ਜੀ ਦਾ ਵੀ ਕਿਤੇ ਇਹ ਭਾਵ ਤੇ ਨਹੀਂ ਇਸ ਭੁਲੇਖੇ ਵਿੱਚ ਕੋਈ ਨਾ ਪਏ ਉਹਨਾਂ ਨੇ ਆਪਣੇ ਵਿਚਾਰ ਦਾ ਬੈਲੈਂਸ ਆਪਣੇ ਵਿਚਾਰ ਦਾ ਇੱਕ ਤਵਾਜਨ ਸਾਡੇ ਸਾਹਮਣੇ ਰੱਖਿਆ ਵੀ ਨਹੀਂ ਮੈਂ ਚਾਹੁੰਦਾ ਹਾਂ ਮਨੁੱਖ ਨੂੰ ਖਾਣ ਪੀਣ ਪਹਿਨਣ ਵਰਤਨ ਵਿਹਾਰ ਲਈ ਪਦਾਰਥਕ ਸਹੂਲਤਾਂ ਚਾਹੀਦੀਆਂ ਲੈ ਪਰ ਉਹ ਕਹਿੰਦੇ ਨੇ ਮੈਂ ਇਸ ਦੇ ਮੋਹ ਵਿੱਚ ਅੰਨੇ ਹੋਣ ਨੂੰ ਜਾਇਜ਼ ਨਹੀਂ ਮੰਨਦਾ ਇਸ ਦੇ ਲੋਭ ਵਿੱਚ ਕੁਕਰਮ ਪਾਪ ਬੇਬਾਨੀ ਧੋਖਾ ਫਰੇਬ ਕਰਨ ਨੂੰ ਸਹੀ ਨਹੀਂ ਮੰਨਦਾ ਇਸ ਵਾਸਤੇ ਉਹਨਾਂ ਨੇ ਸ਼ਬਦ ਵਿੱਚ ਬੜਾ ਵਧੀਆ ਪੱਖ ਜਿਹੜਾ ਦੂਜਾ ਪੱਖ ਉਹ ਪੇਸ਼ ਕੀਤਾ ਹੈ ਕਬੀਰ ਜੀ ਮਹਾਰਾਜ ਰਹਾਉ ਦੇ ਬੰਦ ਵਿੱਚ ਕਹਿੰਦੇ ਨੇ ਧਨ ਸੁਹਾਗਨ ਮਹਾ ਪਵੀਤ ਕਹਿੰਦੇ ਨੇ ਮਾਇਆ ਦੌਲਤ ਪਦਾਰਥ ਸਹੂਲਤ ਇੱਕ ਚੰਗੀ ਚੀਜ਼ ਹੈ ਬਹੁਤ ਹੀ ਚੰਗੀ ਚੀਜ਼ ਹੈ ਜਿੱਥੋਂ ਤੱਕ ਜੀਵਨ ਜੀਉਣ ਵਾਸਤੇ ਜੀਵਨ ਦੀਆਂ ਲੋੜਾਂ ਦਾ ਸਬੰਧ ਹੈ ਜਿੱਥੋਂ ਤੱਕ ਗੁਜ਼ਾਰੇ ਦਾ ਸਬੰਧ ਹੈ ਕਹਿਣ ਲੱਗੇ ਮੈਂ ਇਸ ਨੂੰ ਨਕਾਰਦਾ ਨਹੀਂ ਮੈਂ ਇਸ ਨੂੰ ਸਲਾਉਂਦਾ ਮੈਂ ਇਸ ਨੂੰ ਸਲਾਉਂਦਾ ਇਸ ਦੀ ਵਡਿਆਈ ਕਰਦਾ ਪਹਿਲਾ ਸ਼ਬਦ ਹੈ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਮਹਾਰਾਜ ਨੇ ਉਸ ਵਿੱਚ ਦੌਲਤ ਦਾ ਸ਼ੌਹਰਤ ਦਾ ਘਰ ਦਾ ਪ੍ਰਭਤਾ ਦਾ ਵਡਿਆਈ ਦਾ ਤਾਕਤ ਦਾ ਹਰ ਚੀਜ਼ ਦਾ ਜ਼ਿਕਰ ਕੀਤਾ ਪਰ ਨਾਲ ਨਾਲ ਮਹਾਰਾਜ ਨੇ ਇੱਕ ਪੰਕਤੀ ਨੂੰ ਦੁਹਰਾਇਆ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਮਹਾਰਾਜ ਨੇ ਆਖਿਆ ਵੀ ਕੋਈ ਚੀਜ਼ ਬੇਖ ਬੇਖਦਾਰਤ ਹੁੰਦਾ ਹੈ ਜ਼ਹਿਰ ਕੋਈ ਚੀਜ਼ ਜ਼ਹਿਰ ਉਦੋਂ ਬਣਦੀ ਹੈ ਨੁਕਸਾਨਦਾਇਕ ਉਦੋਂ ਹੁੰਦੀ ਹੈ ਜਦੋਂ ਜੀਵ ਆਪਣੇ ਕਰਤੇ ਨਾਲੋਂ ਟੁੱਟ ਕੇ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਹੋ ਕੇ ਵਾਹਿਗੁਰੂ ਦੇ ਭਾਣੇ ਨੂੰ ਨਕਾਰ ਕੇ ਦੇਵੀ ਗੁਨਾ ਨਾਲੋਂ ਸਾਂਝ ਤੋੜ ਕੇ ਤੇ ਗੁਰੂ ਸ਼ਬਦ ਦਾ ਰਾਹ ਤਿਆ ਕੇ ਲੋਭ ਮੋਹ ਤੇ ਹਵਸ ਵਿੱਚ ਅੰਨਾ ਹੁੰਦਾ ਹੈ ਉਦੋਂ ਉਹਦੇ ਲਈ ਏਮ ਮਕਸਦ ਪਦਾਰਥ ਉਦੋਂ ਉਹ ਭੁੱਲ ਜਾਂਦਾ ਹੈ ਕਿ ਇਹ ਸਭ ਨਾਸ਼ਵੰਤ ਹੈ ਇਹ ਆਉਂਦਾ ਜਾਂਦਾ ਰਹਿੰਦਾ ਹੈ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਸੀ ਵੀ ਬੰਦਾ ਇਹ ਸੋਚਦਾ ਹੈ ਵੀ ਮੈਂ ਮਾਲਕ ਹਾਂ ਤੇ ਕੇਵਲ ਇਨਾ ਹੀ ਨਹੀਂ ਸੋਚਦਾ ਉਹਦੇ ਅੰਦਰ ਇੱਕ ਭਰਮ ਵੀ ਹੈ ਵੀ ਮੈਂ ਸਦਾ ਹੀ ਮਾਲਕ ਰਹਿਣਾ ਹੈ ਉਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਵੀ ਖੋਰੇ ਕਿੰਨੇ ਕਾਏ ਰਿਕਾਰਡ ਕੱਢ ਕੇ ਵੇਖ ਲੈ ਜਿਹੜੀ ਥਾਂ ਦੀ ਮਾਲਕੀ ਅੱਜ ਮੇਰੇ ਕੋਲੇ ਖੋਰੇ ਇਹਦੋਂ ਪਹਿਲਾਂ ਕਿੰਨੇ ਰਿਕਾਰਡ ਵਿੱਚ ਇਹਦੇ ਮਾਲਕ ਰਹਿ ਚੁਕੇ ਨੇ ਕਿੰਨੇ ਆਏ ਤੇ ਕਿੰਨੇ ਚਲੇ ਗਏ ਬਾਬਾ ਫਰੀਦ ਸਾਹਿਬ ਜੀ ਨੇ ਕਿਤਨਾ ਮਹਾਨ ਬਚਨ ਕਿਹਾ ਉਹ ਕਹਿੰਦੇ ਜੇ ਸ਼ਾਸਨ ਹਮ ਬੈਠੇ ਕੀਤੇ ਬੈਸ ਗਿਆ ਪਹਿਲਾਂ ਕਿੰਨੇ ਥਾਂ ਮੱਲ ਕੇ ਜਾ ਚੁੱਕੇ ਹੁਣ ਮੈਂ ਉਸ ਲਾਈਨ ਵਿੱਚ ਆ ਉਸ ਕਤਾਰ ਵਿੱਚ ਆ ਮੇਰੇ ਤੋਂ ਮਗਰੋਂ ਵੀ ਆਉਣ ਵਾਲਿਆਂ ਦਾ ਕੋਈ ਪਰਿਵਾਰ ਨਹੀਂ ਕਿੰਨੇ ਹੋਣਗੇ ਸਹਿਬ ਸਤਿਗੁਰੂ ਜੀ ਫਰਮਾ ਰਹੇ ਨੇ ਤਪੇ ਤਪੀਸਰ ਡੋਲੇ ਚੀਤ ਕਿੰਨੇ ਨੇ ਵੱਡੇ ਵੱਡੇ ਤਪੀਆਂ ਦੇ ਤਪ ਸਾਧਨ ਵਾਲਿਆਂ ਦੇ ਚਿੱਤ ਵੀ ਡੋਲ ਜਾਂਦੇ ਨੇ ਜਦੋਂ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਜਦੋਂ ਭੁੱਖ ਵਿਆਪਦੀ ਹੈ ਤਨ ਨੂੰ ਕੱਪੜੇ ਦੀ ਲੋੜ ਪੈਂਦੀ ਹੈ ਸਿਰ ਤੇ ਛੱਤ ਦੀ ਲੋੜ ਪੈਂਦੀ ਹੈ ਜਾਂ ਹੋਰ ਮੁੱਢਲੀ ਕੋਈ ਸਰੀਰ ਦੀ ਮੁੱਢਲੀ ਜ਼ਰੂਰਤ ਦੀ ਲੋੜ ਪਵੇ ਤਾਂ ਵੱਡੇ ਵੱਡੇ ਤਪੀ ਅਖਵਾਉਣ ਵਾਲੇ ਵੀ ਘਬਰਾ ਜਾਂਦੇ ਨੇ ਵੀ ਹੁਣ ਕੀ ਕਰੀਏ ਉਹ ਤਿਆਗੀਓ ਜੋਗੀ ਲੋਕ ਵੀ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਲੱਖ ਜਗਾਉਂਦੇ ਨੇ ਵੀ ਭਾਈ ਕੁਝ ਖਾਣ ਨੂੰ ਦਿਓ ਅਸੀਂ ਤਨ ਢੱਕਣਾ ਕੋਈ ਕਪੜਾ ਦਿਓ ਜਨਨੀ ਮੁੱਢਲੀ ਲੋੜ ਵਾਸਤੇ ਉਹਨਾਂ ਨੂੰ ਵੀ ਜਿਹੜੀ ਮਾਇਆ ਨੂੰ ਜਿਹੜੇ ਪਦਾਰਥ ਨੂੰ ਜਿਹੜੇ ਗ੍ਰਸਥ ਨੂੰ ਜਿਹੜੇ ਸਾਰੇ ਵਿਹਾਰ ਨੂੰ ਉਹ ਛੱਡ ਕੇ ਜਾ ਚੁੱਕੇ ਹੁੰਦੇ ਨੇ ਉਹਨਾਂ ਵਿਹਾਰੀ ਲੋਕਾਂ ਦੇ ਦਰਵਾਜ਼ੇ ਉੱਤੇ ਆ ਕੇ ਉਹਨਾਂ ਨੂੰ ਵੀ ਲੱਖ ਜਗਾਉਣੀ ਪੈਂਦੀ ਹੈ ਜਿਸਨੂੰ ਦਿਨ ਰਾਤ ਕਹਿੰਦੇ ਨੇ ਨਾ ਮਾਇਆ ਗਰਸੇ ਨੇ ਇਹਦੀ ਕੀ ਲੋੜ ਹੈ ਇਹਦੇ ਚੋਂ ਮੁਕਤ ਹੋ ਕੇ ਰੱਬ ਮਿਲ ਸਕਦਾ ਹੈ ਉਹਨਾਂ ਨੂੰ ਵੀ ਜਦੋਂ ਉਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਗ੍ਰੇਸਤੀਆਂ ਜਾਂ ਉਹਨਾਂ ਚੀਜ਼ਾਂ ਦੀਆਂ ਉਹਨਾਂ ਸਹੂਲਤਾਂ ਨੂੰ ਇਕੱਠੀਆਂ ਕਰਕੇ ਰੱਖਣ ਵਾਲੇ ਲੋਕਾਂ ਦੇ ਕੋਲ ਹੀ ਵਾਪਸ ਆਉਣਾ ਪੈਂਦਾ ਹੈ ਤਾਂ ਉਹਨਾਂ ਦਾ ਮਨ ਵੀ ਡਾਵਾ ਡੋਲ ਹੋ ਜਾਂਦਾ ਹੈ ਕਿ ਹੁਣ ਭੁੱਖ ਲੱਗੀ ਹੈ ਕੀ ਕੀਤਾ ਜਾਏ ਤੁਹਾਨੂੰ ਕੱਪੜੇ ਦੀ ਲੋੜ ਹੈ ਕੀ ਕੀਤਾ ਜਾਏ ਹੋਰ ਸਹੂਲਤ ਹੋਰ ਜ਼ਰੂਰਤ ਹੈ ਕੀ ਕੀਤਾ ਜਾਏ ਆਰੰਭ ਵਿੱਚ ਭਗਤੀ ਨੇ ਫਰਮਾਇਆ ਕ੍ਰੇ ਸ਼ੋਭਾ ਜਾ ਕੇ ਰੇ ਨਾ ਹੈ ਕਿੰਦੇ ਨੇ ਭਾਈ ਮਾਇਆ ਦੌਲਤ ਗੁਜਰਾਨ ਹੈ ਇਸ ਤੋਂ ਬਿਨਾ ਘਰ ਵੀ ਸ਼ੋਭ ਨੀਕ ਨਹੀਂ ਹੁੰਦਾ ਇਸ ਤੋਂ ਬਿਨਾ ਘਰ ਵੀ ਸ਼ੋਭਾ ਨਹੀਂ ਪਾਉਂਦਾ ਪਹਿਲੀ ਗੱਲ ਘਰ ਉਸਰਦਾ ਹੀ ਨਹੀਂ ਇੱਥੇ ਘਰ ਦਾ ਅਰਥ ਕੋਈ ਬਹੁਤ ਕੀਮਤੀ ਮਹਿਲ ਮਨਾਰੇ ਨਹੀਂ ਹਨ ਘਰ ਘਰ ਦਾ ਅਰਥ ਘਰੀਏ ਜਿੱਥੇ ਅਸੀਂ ਰਹਿਸ਼ ਕਰਦੇ ਆਂ ਪਾਵੇਂ ਕੱਖਾਂ ਦੀ ਕੁਲੀ ਹੋਵੇ ਤੇ ਪਾਵੇਂ ਉਹ ਸੋਨੇ ਦਾ ਮਹਿਲ ਹੋਵੇ ਘਰ ਦੇ ਅਰਥ ਰਿਹائش ਤੋਂ ਹਨ ਜਿੱਥੇ ਅਸੀਂ ਰਿਹائش ਕਰਦੇ ਹਾਂ ਤੁਸੀਂ ਵੇਖਣਾ ਕਿਸੇ ਮਨੁੱਖ ਦਾ ਬਹੁਤ ਆਲੀਸ਼ਾਨ ਰਿਹائشਗਾ ਉਹ ਵੀ ਆਖੇਗਾ ਮੇਰਾ ਘਰ ਤੇ ਇੱਕ ਮਜ਼ਦੂਰ ਕੱਖਾਂ ਦੀ ਕੁਲੀ 'ਚ ਰਹਿੰਦੇ ਉਹ ਵੀ ਆਖੇਗਾ ਮੇਰਾ ਘਰ ਘਰ ਦੇ ਅਰਥ ਦੋਨਾਂ ਵਾਸਤੇ ਇੱਕੋ ਜਿਹੀ ਨੇ ਠੀਕ ਹੈ ਉਹਦੀ ਹیثیت ਹੋਰ ਤਰ੍ਹਾਂ ਦੀ ਉਹਦੀ ਹیثیت ਹੋਰ ਤਰ੍ਹਾਂ ਦੀ ਉਹਦਾ ਘਰ ਵੀ ਜੇ ਮੁੱਢਲੀ ਸਹੂਲਤ ਹੈ ਤੇ ਸ਼ੋਭਨੀਕ ਹੈ ਦੂਜੇ ਦਾ ਘਰ ਵੀ ਜੇ ਮੁੱਢਲੀ ਸਹੂਲਤ ਉਹਦੇ ਕੋਲ ਹੈ ਤੇ ਸ਼ੋਭਨੀਕ ਹੈ ਪਦਾਰਥ ਇੱਕ ਸਹੂਲਤ ਹੈ ਸਰੀਰ ਦੇ ਅੰਦਰ ਬਾ ਵਾਸਤੇ ਜੀਵਨ ਦੇ ਗੁਜ਼ਾਰੇ ਵਾਸਤੇ ਆਵਤ ਪਹੀਆ ਖੂਦੇ ਜਾਹੇ ਕਹਿਣ ਲੱਗੇ ਆਉਣ ਵਾਲਾ ਮੁਸਾਫਰ ਲੋੜਵੰਦ ਵੀ ਦਰਵਾਜ਼ੇ ਤੋਂ ਖਾਲੀ ਮੁੜ ਜਾਂਦਾ ਜੇ ਤੁਹਾਡੇ ਘਰ ਵਿੱਚ ਪਦਾਰਥਕ ਸ਼ੋਭਾ ਨਹੀਂ ਹੈ ਜੇ ਸਾਡੇ ਆਪਣੇ ਖਾਣ ਵਾਸਤੇ ਸਾਡੇ ਘਰ ਵਿੱਚ ਕੁਝ ਨਹੀਂ ਕੋਈ ਲੋੜਵੰਦ ਕੋਈ ਅਰਥੀ ਆਏ ਤਾਂ ਅਸੀਂ ਉਹਦੀ ਲੋੜ ਕਿਤਰਾ ਪੂਰੀ ਕਰ ਸਕਦੇ ਹਾਂ ਕੋਈ ਮਹਿਮਾਨ ਕੋਈ ਪ੍ਰਾਣਾ ਆ ਜਾਏ ਉਸ ਦੀ ਅਸੀਂ ਆਉ ਭਗਤ ਜਾਂ ਸੇਵਾ ਕਿਵੇਂ ਕਰ ਸਕਦੇ ਹਾਂ ਉਹ ਤਾਂ ਤਾਂ ਹੀ ਹੋਏਗੀ ਨਾ ਵੀ ਜੇ ਸਾਡੇ ਕੋਲ ਕੁਝ ਹੈ ਤਾਂ ਤੇ ਜੇ ਸਾਡੇ ਹੱਥ ਖਾਲੀ ਨੇ ਜੇ ਸਾਡਾ ਭਾਂਡਾ ਖਾਲੀ ਹੈ ਤਾਂ ਅਸੀਂ ਕਿਸੇ ਨਾਲ ਵੰਡ ਕੇ ਵੀ ਕੀ ਸ਼ੱਕ ਸਕਦੇ ਹਾਂ ਕਿਸੇ ਨੂੰ ਦੇ ਵੀ ਕੀ ਸਕਦੇ ਇਸ ਲਈ ਗੁਰੂ ਨਾਨਕ ਮਹਾਰਾਜ ਨੇ ਕੀਰਤ ਦਾ ਉਪਦੇਸ਼ ਦਿੱਤਾ ਜਿੱਤੇ ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਣ ਦਾ ਉਪਦੇਸ਼ ਦਿੱਤਾ ਅਤੇ ਕੀਰਤ ਕਰਨ ਤੇ ਕੀਰਤ ਤੋਂ ਬਾਅਦ ਵੰਡ ਕੇ ਸ਼ਕਣ ਦਾ ਸਿਧਾਂਤ ਹੈ ਕਿਉਂਕਿ ਵੰਡਿਆ ਵੀ ਤਾਂ ਹੀ ਜਾ ਸਕਦਾ ਜੇ ਕੋਲ ਕੁਝ ਹੈ ਤਾਂ ਫਿਰ ਅੱਗੇ ਜਾ ਕੇ ਫਰਮਾਉਂਦੇ ਨੇ ਵਾਕਏ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੇ ਦੋਖ ਭਾਈ ਇਸ ਸਹੂਲਤ ਤੋਂ ਬਿਨਾ ਪਦਾਰਥ ਤੋਂ ਬਿਨਾ ਕਹਿੰਦੇ ਨੇ ਮਨੁੱਖ ਨੂੰ ਤ੍ਰਿਪਤੀ ਨਹੀਂ ਹੁੰਦੀ ਉਹਦੀ ਜ਼ਰੂਰਤ ਪੂਰੀ ਨਹੀਂ ਹੁੰਦੀ ਔਰ ਇਸ ਤੋਂ ਬਿਨਾ ਮਨੁੱਖ ਅਤਰਿਪਤ ਰਹਿੰਦਾ ਹੈ ਭੁੱਖਾ ਰਹਿੰਦਾ ਹੈ ਤੇ ਦੋਖਦਨ ਜਾਨੀ ਦੂਸ਼ਣ ਸੰਹਦਾ ਹੈ ਜਿੱਥੇ ਰੋਟੀ ਦੀ ਲੋੜ ਪੂਰੀ ਨਾ ਹੋਈ ਹੋਰ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਪੂਰੀਆਂ ਨਾ ਹੋਈਆਂ ਉੱਥੇ ਉਹ ਲੰਬਾ ਹੋਏਗਾ ਸ਼ਿਕਵਾ ਹੋਏਗਾ ਰੌਲਾ ਰੱਪਾ ਹੋਏਗਾ ਉੱਥੇ ਮਨੁੱਖ ਫਿਰ ਦੂਸਰੇ ਦਾ ਖੋਹਣ ਤੁਰੇਗਾ ਦੂਸਰੇ ਵੱਲ ਝਾਕ ਰੱਖੇਗਾ ਇਹ ਐਬ ਹਨ ਇਹ ਦੋ ਖੰਨ ਫਿਰ ਫਰਮਾਉਂਦੇ ਹਨ ਸੋਹਾਗਨ ਕਿਰਪਨ ਕੀ ਪੂਤੀ ਕਿਰਪਨ ਕਹਿੰਦੇ ਨੇ ਸੋਮ ਆਦਮੀ ਆ ਇਹ ਐਸੀ ਬਿਰਤੀ ਹੈ ਜਿੱਥੇ ਬੰਦਾ ਸੋਚਦਾ ਵੀ ਆਉਂਦਾ ਰਹੇ ਤੇ ਜਾਵੇ ਕੁਝ ਨਾ। ਪਿਸ ਮੇਰੇ ਕੋਲ ਪਦਾਰਥ ਆਉਂਦਾ ਰਹੇ ਵੱਖ-ਵੱਖ ਰਾਹਾਂ ਤੋਂ। ਪਰ ਹਰ ਉਹ ਰਾਹ ਬੰਦ ਹੋਣਾ ਚਾਹੀਦਾ ਹੈ ਜਿੱਥੋਂ ਪਦਾਰਥ ਮੇਰੇ ਕੋਲੋਂ ਜਾਂਦਾ ਹੈ। ਇਹ ਸਾਡਾ ਮੋਟਾ ਜਿਹਾ ਨੁਕਤਾ ਹੁੰਦਾ ਹੈ ਨਾ ਵੀ ਹਰ ਕੋਈ ਕੋਈ ਤਥਾ ਕਤਤ ਸਿਆਣਾ ਜਿਹਦੇ ਕੋਲ ਦੁਨੀਆ ਚ ਰਿਹਾ ਉਹ ਕਹਿੰਦਾ ਜੀ ਪੈਸੇ ਆਉਂਦੇ ਤੇ ਬੜੇ ਜਾਂਦੇ ਚਲੇ ਵੀ ਜਾਂਦੇ ਰੁਕਦੇ ਨਹੀਂ। ਤੇ ਸਾਨੂੰ ਲੱਗਦਾ ਕਿੰਨੀ ਖਰੀ ਗੱਲ ਕਹੀ ਇਹਨੂੰ ਕਿਵੇਂ ਪਤਾ ਹੈ ਪੀੜੇ ਚ ਪਤਾ ਹੋਣ ਵਾਲੀ ਗੱਲ ਕਿਹੜੀ ਹੈ ਜਿਹੜਾ ਕਮਾਉਂਦਾ ਉਹਨੇ ਖਰਚਣਾ ਵੀ ਹੈ ਇਹ ਤੱਕ ਸਰਕਲ ਹੈ ਦੁਨੀਆ ਦਾ ਪਰ ਹਰ ਮਨੁੱਖ ਚਾਹੁੰਦਾ ਮੇਰੇ ਕੋਲ ਆਉਂਦਾ ਰਹੇ ਤੇ ਜਾਵੇ ਮੇਰੇ ਹੱਥੋਂ ਕਦੇ ਨਾ ਇਕੱਠਾ ਹੁੰਦਾ ਰਹੇ ਉਹਦੀ ਪਦਾਰਥਾਂ ਦੀ ਭੀੜ ਬਣਦੀ ਰਹੇ ਤੇ ਉਹ ਜਿਹੜਾ ਇਕੱਠਾ ਹੁੰਦਾ ਰਹੇਗਾ ਤੇ ਖਰਚੇਗਾ ਨਹੀਂ ਮਨੁੱਖ ਉਹਨੂੰ ਸੂਮ ਕਿਹਾ ਜਾਂਦਾ ਹੈ ਜਿਹੜਾ ਖਰਚਣ ਵੇਲੇ ਰੋ ਪਵੇ ਤੇ ਇਕੱਠਾ ਕਰਨ ਵੇਲੇ ਹੱਸ ਪਵੇ ਉਹਨੂੰ ਆਪਾਂ ਕਹਿੰਦੇ ਸੂਮ ਵੀ ਜ਼ਰੂਰਤ ਵੀ ਹੈ ਤਾਂ ਵੀ ਇਹਦਾ ਮਤਲਬ ਇਹ ਨਹੀਂ ਵੀ ਫਜ਼ੂਲ ਖਰਚੀ ਕਰਨੀ ਇਹਦਾ ਮਤਲਬ ਹੈ ਵੀ ਲੋੜ ਵੀ ਹੋਵੇ ਨਾ ਤਾਂ ਵੀ ਨਹੀਂ ਖਰਚਣਾ ਜ਼ਰੂਰਤ ਹੋਵੇ ਲੋੜ ਹੈ ਵੀ ਇੱਥੇ ਨਹੀਂ ਸਰਦਾ ਤਾਂ ਵੀ ਉਹਨੇ ਆਖਣਾ ਨਹੀਂ ਫਿਰ ਉਹਦਾ ਲਾਭ ਕੀ ਹੈ ਫਿਰ ਤਾਂ ਉਹ ਚੀਜ਼ ਕੋਲ ਹੋਈ ਤੇ ਨਾ ਹੋਈ ਇੱਕ ਸਮਾਨ ਹੈ ਫਿਰ ਤਾਂ ਅਸੀਂ ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਹੈ ਨਾ ਉਹ ਕਹਿੰਦੇ ਨੇ ਵੀ ਸ਼ਹਿਦ ਦੀ ਮੱਖੀ ਸੈਂਕੜੇ ਹਜ਼ਾਰਾਂ ਫੁੱਲਾਂ ਦੇ ਉੱਤੇ ਬਹਿ ਬਹਿ ਕੇ ਸ਼ਹਿਦ ਇਕੱਠਾ ਕਰਦੀ ਹੈ ਤੇ ਛੱਤਾ ਪਰ ਲੈਂਦੀ ਹੈ ਪਰ ਉਸ ਸ਼ਹਿਦ ਨੂੰ ਆਪ ਨਹੀਂ ਮਾਣ ਪਾਉਂਦੀ ਕੋਈ ਹੋਰ ਮਨੋਖ ਆਉਂਦਾ ਹੈ ਉਹ ਧੂਆਂ ਬਾਲ ਕੇ ਸਾਰੀਆਂ ਮੱਖੀਆਂ ਨੂੰ ਭਜਾ ਕੇ ਉਡਾ ਕੇ ਤੇ ਸਾਰਾ ਸ਼ਹਿਦ ਦਾ ਛੱਤਾ ਲਾ ਕੇ ਤੁਰ ਜਾਂਦਾ ਹੈ ਕਈ ਵਾਰ ਸਾਡੇ ਨਾਲ ਵੀ ਐਵੇਂ ਵਾਪਰਦਾ ਅਸੀਂ ਖਜ਼ਾਨੇ ਭਰਦੇ ਰਹੇ ਨੇ ਵੀ ਨਾ ਭੁੱਖ ਹੈ ਤਾਂ ਵੀ ਨਹੀਂ ਵਰਤਣਾ ਜ਼ਰੂਰਤ ਹੈ ਤਾਂ ਵੀ ਨਹੀਂ ਵਰਤਣਾ ਭਰਦੇ ਰਹੇ ਭਰਦੇ ਰਹੇ ਕੋਈ ਇੱਕ ਪਰਿਵਾਰ ਚੋਂ ਜਾਂ ਖਾਨਦਾਨ ਚੋਂ ਜਾਂ ਸਾਡੀ ਪੀੜ੍ਹੀ ਚੋਂ ਇਹੋ ਜਿਹਾ ਉੱਠ ਖਲੋਂਦਾ ਸਾਰਾ ਉਡਾ ਕੇ ਉਹਨੂੰ ਲੱਗਦਾ ਖੌਰੇ ਮੇਰੇ ਲਈ ਇਕੱਠਾ ਕਰਦੇ ਸਨ ਉਹਨੂੰ ਲੱਗਦਾ ਮੇਰੇ ਲਈ ਉਹ ਉਹ ਇਸ ਸੋਚਦਾ ਹੁੰਦਾ ਵੀ ਖਰਚੋ ਕਮਾਊ ਕੋ ਜਨਾ ਸਾਡੀ ਸੋਚ ਹੁੰਦੀ ਹੈ ਕਮਾਈ ਜਾਊ ਖਰਚੋ ਕੋ ਜਨਾ ਉਹ ਜਦੋਂ ਇੱਕ ਵੀ ਬੰਦਾ ਆਪੋਜੀਟ ਸੋਚ ਵਾਲਾ ਆ ਜਾਂਦਾ ਹੈ ਉਹ ਪਹਿਲਿਆਂ ਦਾ ਸਾਰਾ ਕੁਝ ਉਡਾ ਕੇ ਰਾ ਪੈਂਦਾ ਹੈ ਫਿਰ ਮਨੁੱਖ ਸੋਚਦਾ ਮੈਂ ਭੁੱਖਾ ਕਿਉਂ ਰਿਆ ਘਟੂ ਘਟ ਰੋਟੀ ਤੇ ਖਾਂਦਾ ਮੇਰੀਆਂ ਇੰਨੀਆਂ ਲੋੜਾਂ ਸੰਦ ਮੈਂ ਉਹ ਪੂਰੀਆਂ ਤੇ ਕਰਦਾ ਪਰ ਸਤਗੁਰੂ ਮਹਾਰਾਜ ਕਹਿੰਦੇ ਨੇ ਸੋਹਾਗਨ ਕਿਰਪਨ ਕੀ ਪੂਤੀ ਇਹ ਜਿਹੜਾ ਧਨ ਪਦਾਰਥ ਹੈ ਮਹਾਰਾਜ ਕਹਿੰਦੇ ਨੇ ਇਹ ਸੂਮ ਇਹਨੂੰ ਇਕੱਠਿਆਂ ਕਰ ਕਰਕੇ ਰੱਖਦਾ ਹੈ ਤੇ ਇਹਨੂੰ ਪ੍ਰੇਮ ਕਰਦਾ ਹੈ ਪੁਰਾਣਾ ਨਾ ਹੋ ਜਾਏ ਗਵਾਚ ਨਾ ਜਾਏ ਥੜ ਨਾ ਜਾਏ ਘਟ ਨਾ ਜਾਏ ਸੇਵਕ ਤਜ ਜਗਤ ਸਿਓ ਸੂਤੀ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਪਿਆਰਾ ਹੀ ਇਸ ਤੋਂ ਬਚਿਆ ਉਹ ਕਿਰਤ ਵੀ ਕਰਦਾ ਹੈ ਤੇ ਵਰਤਦਾ ਵੀ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਫਕੀਰ ਸ਼ਾਹ ਦੌਲਾ ਜਦੋਂ ਪੁੱਛਦਾ ਹੈ ਤਾਂ ਹਜ਼ੂਰ ਦਾ ਜਵਾਬ ਹੁੰਦਾ ਵੀ ਦੌਲਤ ਗੁਜਰਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਸੈਦ ਫਕੀਰ ਨੇ ਪੁੱਛਿਆ ਮਹਾਰਾਜ ਤੁਸੀਂ ਇਹ ਚੱਕ ਨਾਨਕੀ ਜਿਸ ਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਦਾ ਨਾਮ ਮਿਲਿਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਇਹ ਨਗਰ ਮਹਾਰਾਜ ਤੁਸੀਂ ਲੋਕਾਂ ਨੂੰ ਬੰਦਗੀ ਦਾ ਰਾਹ ਦੱਸਣ ਵਾਲਿਓ ਖੁਦ ਤੁਸੀਂ ਮਹਿਲ ਮਨਾਰੇ ਖੜੇ ਕਰ ਰਹੇ ਹੋ ਜਿਵੇਂ ਸਦਾ ਬੈਠੇ ਰਹਿਣਾ ਹੋਵੇ ਹਜ਼ੂਰ ਮੁਸਕਰਾਏ ਤੇ ਮਹਾਰਾਜ ਨੇ ਆਖਿਆ ਜਿੰਨਾ ਕੁ ਚਿਰ ਮਨੁੱਖ ਦੇ ਸਰੀਰ ਵਿੱਚ ਪ੍ਰਾਣ ਨੇ ਪੰਛੀ ਵੀ ਆਪਣਾ ਆਲਣਾ ਬਣਾਉਂਦਾ ਹੈ ਆਪਣੇ ਰਹਿਣ ਵਾਸਤੇ ਭਾਵੇਂ ਕਿ ਕਈ ਵਾਰ ਅਗਲੇ ਦਿਨ ਹੀ ਤੂਫਾਨ ਆ ਜਾਂਦਾ ਹੈ ਤੇ ਉਹਦਾ ਆਲਣਾ ਬिखर ਜਾਂਦਾ ਹੈ ਖਿੱਲਰ ਜਾਂਦਾ ਤੀਲਾ-ਤੀਲਾ ਹੋ ਜਾਂਦਾ ਪਰ ਉਹ ਆਪਣੇ ਸਿਰ ਲਗਾਉਣ ਵਾਸਤੇ ਕੱਖ ਇਕੱਠੇ ਕਰਕੇ ਆਪਣਾ ਆਲਣਾ ਬਣਾਉਂਦਾ ਹੈ ਉਹ ਉਦਮ ਤੇ ਕਰਦਾ ਹੈ ਫਿਰ ਬिखर ਜਾਂਦਾ ਹੈ ਫਿਰ ਉਹ ਟੀਲੇ ਇਕੱਠੇ ਕਰਕੇ ਉਦਮ ਕਰਦਾ ਹੈ ਵੀ ਮੈਂ ਰਹਿਣਾ ਧੁੱਪ ਤੋਂ ਬਚਣ ਵਾਸਤੇ ਮੀਂਹ ਤੋਂ ਬਚਣ ਵਾਸਤੇ ਆਪਣੇ ਆਪਣੇ ਬੱਚੇ ਪਾਲਣ ਵਾਸਤੇ ਵੀ ਜਿੱਥੇ ਮੈਂ ਚੋਗਾ ਚੁਗਣ ਦਾ ਉਦਮ ਕਰਨਾ ਉੱਥੇ ਰਹਿਣ ਦਾ ਵੀ ਉਦਮ ਕਰਾਂ ਇਸੇ ਤਰ੍ਹਾਂ ਭਾਈ ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਨੇ ਮਨੁੱਖ ਆਪਣੇ ਸਿਰ ਤੇ ਛੱਤ ਬਣਾਉਣ ਲਈ ਤਾਂਘਦਾ ਆਪਣੇ ਗੁਜ਼ਾਰੇ ਵਾਸਤੇ ਉਹ ਉਦਮ ਕਰਦਾ ਹੈ ਪੁਰਸ਼ਾਰਥ ਕਰਦਾ ਹੈ ਪਰ ਹਾਂ ਅਸੀਂ ਕਦੇ ਵੀ ਇਹਨਾਂ ਇਹਨਾਂ ਇੱਟਾਂ ਨੂੰ ਚਿੰਦਿਆਂ ਜਾਂ ਇਹ ਸਾਰਾ ਕੁਝ ਬਣਾ ਕੇ ਅਸੀਂ ਮਨ ਵਿੱਚ ਕਦੇ ਵੀ ਇਹ ਨਹੀਂ ਸੋਚਦੇ ਕਿ ਅਸੀਂ ਸਦਾ ਬਿਠ ਸਾਨੂੰ ਪਤਾ ਹੈ ਸਾਨੂੰ ਇਲਮ ਹੈ ਪਤਾ ਨਹੀਂ ਸਰੀਰ ਚੋਂ ਪ੍ਰਾਣ ਅੱਜ ਨਿਕਲ ਜਾਣ ਕੱਲ ਨਿਕਲ ਜਾਣ ਇਹ ਮਹਿਲ ਮਾੜੀਆਂ ਇਸੇ ਤਰ੍ਹਾਂ ਇੱਟਾਂ ਲੱਗੀਆਂ ਧਰੀਆਂ ਰਹਿ ਜਾਣ ਕੋਈ ਹੋਰ ਆਏਗਾ ਤੇ ਉਹ ਗੁਜ਼ਾਰਾ ਕਰਕੇ ਤੁਰ ਜਾਏਗਾ ਇਹ ਤੇ ਜਗਤ ਦਾ ਚੱਲਣਾ ਜਿਸ ਦਿਨ ਇਹਨਾਂ ਨੂੰ ਛੱਡਣਾ ਪਿਆ ਸਾਡੇ ਚਿਹਰੇ ਤੇ ਕੋਈ ਉਦਾਸੀ ਨਹੀਂ ਵੇਖੇਗਾ ਮਾਇੂਸੀ ਨਹੀਂ ਵੇਖੇਗਾ ਗਮ ਨਹੀਂ ਵੇਖੇਗਾ ਹਾਏ ਬੜੀ ਮਿਹਨਤ ਨਾਲ ਬਣਾਇਆ ਸੀ ਛੱਡਣਾ ਪੈ ਰਿਹਾ ਔਰ ਮਹਾਰਾਜ ਦਾ ਬਚਨ ਸੱਚ ਹੈ ਉਸੇ ਨਗਰ ਤੋਂ ਮਹਾਰਾਜ ਸ਼ਾਦਤ ਦੇਨ ਤੁਰੇ ਸਨ ਦਿੱਲੀ ਨੂੰ ਜਿਸ ਨਗਰ ਦੀਆਂ ਇੱਟਾਂ ਦੀ ਚਣਾਈ ਵੇਖ ਕੇ ਰੂਪੜ ਦੇ ਸૈયਦ ਫਕੀਰ ਨੇ ਮਹਾਰਾਜ ਨੂੰ ਇਹ ਸਵਾਲ ਪੁੱਛਿਆ ਕੋਈ ਮਲਾਲ ਨਹੀਂ ਸੀ ਕੋਈ ਉਦਾਸੀ ਨਹੀਂ ਸੀ ਕੋਈ ਮਾਇੂਸੀ ਨਹੀਂ ਸੀ ਮਹਾਰਾਜ ਨੂੰ ਉਹੀ ਉਹੀ ਖੇੜਾ ਸੀ ਜਿਸ ਵੇਲੇ ਉਹ ਉਥੇ ਰਹਿ ਰਹੇ ਸਨ ਅੱਜ ਛੱਡ ਰਹੇ ਨੇ ਤਦੋਂ ਵੀ ਉਹੀ ਖੇੜਾ ਮਹਾਰਾਜ ਉਸ ਸੱਚ ਤੋਂ ਜਾਣੂ ਨੇ ਉਹ ਪ੍ਰਕਾਸ਼ ਉਹਨਾਂ ਦੇ ਅੰਦਰ ਹੈ ਸੱਚ ਦਾ ਉਹ ਜਾਣਦੇ ਨੇ ਕਿ ਇਹ ਸਾਰਾ ਕੁਝ ਨਾਸ਼ਵੰਤ ਹੈ ਪਰ ਉਹਨਾਂ ਉਦਮ ਨੂੰ ਵੀ ਇੱਕ ਕਾਇਮੀਅਤ ਦਿੱਤੀ ਹੈ ਤੋਂ ਸਹਿਬ ਸਤਿਗੁਰੂ ਜੀ ਫਰਮਾ ਰਹੇ ਨੇ ਸੇਵਕ ਤਜ ਜਗਤ ਸਿਉ ਸੂਤੀ ਸਾਰੇ ਜਗਤ ਨੂੰ ਇਸ ਨੇ ਆਪਣੇ ਲਪੇਟੇ ਚ ਲਿਆ ਹੋਇਆ ਹੈ ਪ੍ਰੇਮ ਵਸ ਕੀਤਾ ਮੋਹ ਵਸ ਕੀਤਾ ਹੋਇਆ ਹੈ ਪਰ ਰੱਬ ਦੇ ਪਰਮੇਸ਼ਰ ਦੇ ਪਿਆਰੇ ਇਸ ਤੋਂ ਮੁਕਤ ਹਨ ਉਹ ਸੂਮ ਬਣ ਕੇ ਗੁਜ਼ਾਰਾ ਨਹੀਂ ਕਰਦੇ ਫਿਰ ਅੱਗੇ ਜਾ ਕੇ ਬਚਨ ਕਿਹਾ ਸਾਧੂ ਕਾ ਠਾਡੀ ਦਰਬਾਰ ਸ਼ਰਨ ਤੇਰੀ ਮੋਕੋ ਨਿਸਤਰ ਜਿਵੇਂ ਕੋਈ ਆਪਣੇ ਕਲਿਆਣ ਲਈ ਕਿਸੇ ਦੇ ਦਰ ਤੇ ਜਾਵੇ ਆਪਾਂ ਜਿਵੇਂ ਗੁਰੂ ਦੇ ਕੋਲ ਆਉਂਦੇ ਆ ਤੇ ਆਖਦੇ ਆ ਮਹਾਰਾਜ ਅਸੀਂ ਤੇਰੀ ਸ਼ਰਨ ਸਾਡਾ ਭਲਾ ਕਰੋ ਮਾਇਆ ਪਦਾਰਥ ਨੂੰ ਭਲੇ ਲਈ ਕੇਵਲ ਨੇਕ ਬਿਰਤੀ ਵਾਲਾ ਬੰਦਾ ਹੀ ਵਰਤਦਾ ਹੈ ਸਾਧੂ ਕਹੇ ਠਾਡੀ ਦਰਬਾਰ ਮਾਇਆ ਦਾ ਭਲਾ ਪਦਾਰਥ ਦਾ ਭਲਾ ਕੇਵਲ ਨੇਕ ਬਿਰਤੀ ਨਾਲ ਹੀ ਕੀਤਾ ਜਾ ਸਕਦਾ ਹੈ ਵੀ ਖੁਦ ਵੀ ਵਰਤਣਾ ਲੋੜਵੰਦ ਦੀ ਜਦੋਂ ਸਹਾਇਤਾ ਕਰਦਾ ਹੈ ਮਦਦ ਕਰਦਾ ਹੈ ਉਹਦੇ ਵਾਸਤੇ ਉਹ ਆਪਣੀ ਆਪਣੇ ਹੱਥ ਖੋਲਦਾ ਹੈ ਤਾਂ ਸਮਝੋ ਉਹ ਮਾਇਆ ਦਾ ਉਧਾਰ ਕਰਦਾ ਹੈ ਮਾਇਆ ਦਾ ਭਲਾ ਕਰਦਾ ਹੈ ਫਿਰ ਅੱਗੇ ਬਚਨ ਕਹਿੰਦੇ ਹਨ ਸੋਹਾਗਨ ਹੈ ਅਤ ਸੁੰਦਰੀ ਪਗ ਨੇਵਰ ਛਣਕ ਛਣ ਹਰੀ ਪਰ ਕਿਰਪਨ ਨੂੰ ਸੂਮ ਨੂੰ ਦੌਲਤੋਂ ਦੀ ਬੜੀ ਸੋਹਣੀ ਲੱਗਦੀ ਹੈ ਸ਼ਿੰਗਾਰੀ ਹੋਈ ਸੋਹਣੀ ਲੱਗਦੀ ਉਹ ਸਜਾ ਸਜਾ ਕੇ ਰੱਖਦਾ ਰਹਿੰਦਾ ਉਹ ਜੋੜ ਜੋੜ ਕੇ ਰੱਖਦਾ ਰਹਿੰਦਾ ਉਹ ਨੂੰ ਹੁੰਦਾ ਇਥੋਂ ਚਲੀ ਨਾ ਜਾਏ ਜਾਣਾ ਇਹਨੇ ਫਿਰ ਵੀ ਹੁੰਦਾ ਪਰ ਉਹਦਾ ਇੱਕ ਭੁਲੇਖਾ ਉਹਨੇ ਬਣਾਇਆ ਹੁੰਦਾ ਅੱਖ ਤੇ ਪੱਟੀ ਬੰਨ ਕੇ ਰਹਿੰਦਾ ਵੀ ਮੈਂ ਹੀ ਉਹਨੇ ਜਾਣੀ ਕਿ ਇੱਕ ਤਰ੍ਹਾਂ ਦਾ ਨਾ ਜਿਵੇਂ ਮਨੁੱਖ ਠੇਕਾ ਚੁੱਕ ਲੈਂਦਾ ਵੀ ਮੈਂ ਹੀ ਇਕੱਠੀ ਕਰਨੀ ਹੈ ਸਾਰੀ ਐਸਾ ਵਿਹਾਰ ਕਰਦਾ ਜਿਵੇਂ ਕਿਸੇ ਦੇ ਪੈਰਾਂ ਵਿੱਚ ਝਾਂਜਰਾ ਹੋਣ ਤੇ ਉਹਦੇ ਆਉਣ ਦੀ ਆਵਾਜ਼ ਸੁਣਾਈ ਦੇਵੇ ਤੇ ਜਾਣ ਦੀ ਆਵਾਜ਼ ਸੁਣਾਈ ਦੇਵੇ ਇਸੇ ਤਰ੍ਹਾਂ ਕਿਰਪਨ ਉਸ ਨੂੰ ਆਉਂਦਿਆਂ ਮਹਿਸੂਸ ਕਰਦਾ ਤੇ ਖੁਸ਼ ਹੁੰਦਾ ਤੇ ਜਾਂਦਿਆਂ ਮਹਿਸੂਸ ਕਰਦਾ ਤੇ ਰੋਣਾ ਧੋਣਾ ਸ਼ੁਰੂ ਕਰਦਾ ਫਿਰ ਅੱਗੇ ਬਚਨ ਕਹਿੰਦੇ ਨੇ ਜਉ ਲਗ ਪ੍ਰਾਨ ਤਉ ਲਗ ਸੰਗੇ ਨਾਹੀਂ ਤਾਂ ਚੱਲੀ ਬੇਗ ਉਠ ਨੰਗੇ ਮਹਾਰਾਜ ਕਹਿੰਦੇ ਜਿੰਨਾ ਚਿਰ ਪ੍ਰਾਣ ਨੇ ਨਾ ਸਰੀਰ 'ਚ ਸਾਹ ਨੇ ਓਨਾ ਚਿਰ ਹੀ ਕੰਟਰੋਲ ਹੈ ਇਹਦੇ ਤੇ ਕਈ ਵਾਰ ਤੇ ਓਨਾ ਚਿਰ ਵੀ ਨਹੀਂ ਰਹਿੰਦਾ ਸਰੀਰ ਥੋੜਾ ਜਿਹਾ ਕਮਜ਼ੋਰ ਹੋ ਜਾਏ ਹੌਲੀ ਹੌਲੀ ਅਗਲੇ ਸਾਰਾ ਕੰਟਰੋਲ ਪਹਿਲਾਂ ਹੀ ਲੈਣਾ ਸ਼ੁਰੂ ਕਰ ਦਿੰਦੇ ਨੇ ਸਾਰਾ ਕੰਟਰੋਲ ਲੈਣਾ ਸ਼ੁਰੂ ਕਰ ਦਿੰਦੇ ਨੇ ਪਰ ਜਦੋਂ ਸਰੀਰ 'ਚੋਂ ਪ੍ਰਾਣ ਨਿਕਲ ਜਾਣ ਫਿਰ ਤਾਂ ਕੰਟਰੋਲ ਰਹਿਣਾ ਹੀ ਕੀ ਹੈ ਫਿਰ ਤਾਂ ਖਰੇ ਕੌਣ ਵਾਰਸ ਹੈ ਕੌਣ ਮਾਲਕ ਹੈ ਕਿਹਨੇ ਕਿਵੇਂ ਵਰਤਣਾ ਹੈ ਕਿਵੇਂ ਨਹੀਂ ਵਰਤਣਾ ਫਿਰ ਕਿਹੜਾ ਮਨੁੱਖ ਨੇ ਵੇਖਣਾ ਉਹਨਾਂ ਚਿਰ ਹੀ ਸੰਗ ਹੈ ਉਹਨਾਂ ਚਿਰ ਹੀ ਨਾਲ ਹੈ ਵਰਤੋਂ ਵਿਹਾਰ ਉਹਨਾਂ ਚਿਰ ਹੀ ਚੱਲਣਾ ਜਿੰਨਾ ਚਿਰ ਸਾਹ ਚੱਲਦੇ ਨੇ ਤੇ ਜਦ ਸਾਡੇ ਸਰੀਰ ਚੋਂ ਪ੍ਰਾਣ ਨਿਕਲੇ ਤੇ ਜਿਵੇਂ ਕਿਤੇ ਉਹ ਬੰਦਾ ਕਬਰਾਂ ਕੇ ਨੰਗੇ ਪੈਰੀ ਦੌੜ ਨਹੀਂ ਜਾਂਦਾ ਏਵੇਂ ਪਦਾਰਥ ਨੇ ਛੇਤੀ ਛੇਤੀ ਮਾਲਕ ਲੱਭ ਲੈਣਾ ਤੇ ਮਾਲਕਾਂ ਨੇ ਇਹਨੂੰ ਲੱਭ ਲੈਣਾ ਕਿੱਥੇ ਕੀ ਰੱਖਿਆ ਉਦੋਂ ਤੱਕ ਅਗਲੇ ਤਾਂ ਮਗਰੋਂ ਮਾਰਦੇ ਨੇ ਪਹਿਲਾਂ ਛਾਪਾਂ ਬੁੰਦੀਆਂ ਲਾਉਂਦੇ ਨੇ ਕਿ ਪਹਿਲਾਂ ਲਾ ਲਓ ਫੇਰ ਰੋਇਓ ਲੋਕਾਂ ਸਾਹਮਣੇ ਲਾਉਂਦੇ ਚੰਗੇ ਲੱਗਾਂਗੇ ਖਾਲੀ ਪੇਪਰਾਂ ਤੇ ਅੰਗੂਠੇ ਲਵਾ ਲੈਂਦੇ ਨੇ ਕਿ ਜੇ ਲੋੜ ਪਈ ਤੇ ਮਗਰੋਂ ਉੱਤੇ ਲਿਖ ਲਵਾਂਗੇ ਘੱਟੋ ਘੱਟ ਇਹਦੀ ਇਹਦਾ ਅੰਗੂਠਾ ਤੇ ਸਾਡੇ ਕੋਲ ਰਹੇਗਾ ਨਾ ਜਾਨੀ ਪ੍ਰਬੰਧ ਪਹਿਲਾਂ ਹੋ ਜਾਂਦਾ ਸਤਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੋਹਾਗਨ ਭਵਨ ਤਰੈ ਲਿਆ ਤਿੰਨਾ ਭਵਣਾ ਨੂੰ ਇਹਨੇ ਵਸ ਚ ਕੀਤਾ ਹੋਇਆ 10 ਅੱਠ ਪੁਰਾਣ ਤੀਰਥ ਰਸ ਕੀਆ ਤੀਰਥਾਂ ਤੇ ਜਾਣ ਵਾਲਿਆਂ ਨੂੰ 10ਾਂ 18 ਪੁਰਾਣਾ ਦੀ ਵਿਦਿਆ ਗ੍ਰਹਿਣ ਕਰਨ ਵਾਲਿਆਂ ਨੂੰ 20 ਇਹਨੇ ਆਪਣੇ ਕਾਬੂ ਚ ਪ੍ਰੇਮ ਚ ਵਸ ਕੀਤਾ ਹੋਇਆ ਬ੍ਰਹਮਾ ਵਿਸ਼ਨੂੰ ਮਹੇਸ਼ਰ ਵੇਦੇ ਤਿੰਨੇ ਦੇਵ ਇਸ ਦੇ ਕਾਬੂ ਵਿੱਚ ਨੇ ਕੀ ਸ਼ਿਵ ਕੀ ਬ੍ਰਹਮਾ ਕੀ ਵਿਸ਼ਨੂ ਵੱਡੇ ਭੂਪਤ ਰਾਜੇ ਹੈ ਛੇ ਦੇ ਵੱਡੇ ਵੱਡੇ ਜ਼ਮੀਨਾਂ ਦੇ ਮਾਲਕ ਰਾਜੇ ਚੱਕਰਵਰਤੀ ਬਾਦਸ਼ਾ ਉਹਨਾਂ ਦੀ ਸੂਰਤ ਨੂੰ ਇਹਨੇ ਵੰਨ ਕੇ ਰੱਖਿਆ ਹੋਇਆ ਛਾਈ ਹੋਈ ਉਹਨਾਂ ਦੀ ਸੂਰਤ ਉੱਤੇ ਸੋਹਾ ਗਨੁਰਵਾਰ ਨਾ ਪਾਰ ਇਹਦਾ ਪਸਾਰਾ ਇੰਨਾ ਬਿਆੰਤ ਹੈ ਕਿ ਇਸ ਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ ਫਿਰ ਕਹਿੰਦੇ ਨੇ ਪੰਜ ਨਾਰਦ ਕੈ ਸੰਗ ਵਿਦਵਾਰ ਕਿ ਜਿਹੜੇ ਸਾਡੇ ਪੰਜੇ ਗਿਆਨ ਇੰਦਰੇ ਨਾ ਜਿਨ੍ਹਾਂ ਦਾ ਪਵਾੜਾ ਖੜਾ ਹੋਇਆ ਪਿਆ ਵਾਸ਼ਨਾ ਚ ਗਰਸੇ ਹੋਏ ਨੇ ਮਨ ਨੂੰ ਪਟਕਾਰੈ ਕਹਿੰਦੇ ਨੇ ਇਹਨਾਂ ਪੰਜਾਂ ਇੰਦਰੀਆਂ ਤੇ ਰਾਜ ਆ ਇਸਦਾ ਪੰਜ ਨਾਰਦ ਕੇ ਮਿਟਵੇ ਫੂਟੇ ਕੋ ਕਬੀਰ ਗੁਰ ਕਿਰਪਾ ਛੂਟੇ ਪਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਮੈਂ ਤਾਂ ਇਹਨਾਂ ਪੰਜਾਂ ਗਿਆਨ ਇੰਦਰੀਆਂ ਦੇ ਪਵਾੜੇ ਦਾ ਭਾਂਡਾ ਹੀ ਪਨ ਸੁਟਿਆ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਮਨ ਸੱਚ ਨੂੰ ਗ੍ਰਹਿਣ ਕਰ ਗਿਆ ਤੇ ਮੈਂ ਹੁਣ ਇਸ ਦੇ ਅੰਦਰੂਨੀ ਪ੍ਰਭਾਵ ਤੋਂ ਮੁਕਤ ਵਰਤਦਾ ਮੈਂ ਇਸੇ ਨੂੰ ਹੀ ਹਾਂ ਪਰ ਮੇਰੇ ਇੰਦ੍ਰੇ ਜਿਹੜੇ ਨੇ ਉਹ ਵਾਸ਼ਨਾ ਵਿੱਚ ਨਹੀਂ ਜਾਂਦੇ ਵੀ ਕਿਸੇ ਕੋਲ ਬਹੁਤਾ ਵੇਖਾਂ ਤੇ ਤੜਪ ਨਹੀਂ ਹੁੰਦੀ ਅੰਦਰ ਕੰਨਾਂ ਰਾਹੀਂ ਕਿਸੇ ਦੀ ਅਮੀਰੀ ਦੇ ਸੋਖ ਸੁਹੂਲਤਾਂ ਦੇ ਬੋਲ ਸੁਣਾ ਮਨ ਨੂੰ ਬੇਚਾਈ ਨਹੀਂ ਨਹੀਂ ਹੁੰਦੀ ਵੀ ਮੈਂ ਪਿੱਛੇ ਰਹਿ ਗਿਆ ਬਹੁਤੀ ਦੁਨੀਆ ਇਨ੍ਹਾਂ ਦਰੋਗਾ ਚ ਹੀ ਘਰੀ ਹੋਈ ਏ ਉਹਦੀ ਆਪਣੀ ਥਾਲੀ ਵਿੱਚ ਜਿਹੜੀ ਰੋਟੀ ਪਈ ਹੈ ਨਾ ਉਹਨੂੰ ਖਾਣ ਦੀ ਬਜਾਏ ਉਹ ਦੂਜੇ ਦੀ ਥਾਲੀ ਨੂੰ ਵੇਖ ਵੇਖ ਕੇ ਰੋਈ ਜਾਂਦੇ ਆ ਉਹਨਾਂ ਨੂੰ ਇਹੀ ਸਮੱਸਿਆ ਹੈ ਵੀ ਉਹਦੇ ਕੋਲ ਖਾਣ ਲਈ ਵਾਧਾ ਹੈ ਤੇ ਜਿਹੜਾ ਆਪਣੇ ਕੋਲ ਹੈ ਉਹਦਾ ਸਵਾਦ ਵੀ ਉਹ ਗਵਾ ਲੈਂਦੇ ਨੇ ਇਹਨਾਂ ਵਸੀ ਵਾਸ਼ਨਾ ਤ੍ਰਿਸ਼ਨਾ ਗ੍ਰਸਤ ਜਿਹੜੇ ਸਾਡੇ ਇੰਦਰੇ ਨੇ ਉਹ ਜਦੋਂ ਲੋਭੀ ਹੋ ਜਾਂਦੇ ਨੇ ਤਾਂ ਇਸ ਤਰ੍ਹਾਂ ਦਾ ਵਿਹਾਰ ਸਾਡਾ ਮਨ ਕਰਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਇਸ ਪ੍ਰਭਾਵ ਤੋਂ ਮੁਕਤ ਹਾਂ ਮੈਂ ਆਪਣੀ ਦੇਈ ਦੇ ਪਾਲਣ ਵਾਸਤੇ ਇਸ ਦੀ ਵਰਤੋਂ ਕਰਦਾ ਪਰ ਇਹਨੂੰ ਸੁਰਤ ਵਿੱਚ ਥਾਂ ਨਹੀਂ ਦਿੰਦਾ ਸਾਇਬ ਕਿਰਪਾ ਕਰਨ ਸ਼ਬਦ ਦਾ ਉਪਦੇਸ਼ ਸਾਡੇ ਮਨ ਹਿਰਦੇ ਵਿੱਚ ਵਸੇ ਮਹਾਰਾਜ ਹੋਈਆ ਪੁੱਲਾਂ ਦੇ ਖਿਮਾ ਬਖਸ਼ਣ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ